मोर मोती वचन निकल रहे हैं, उन्होंने उस श्रवण करके अपना जीवन सफल करिए। जो अपना जन्म सफल होगा फिर ये लोग सुनिए पर लोग से मिले नानक आत्म व्याप्ति मिले। आओ मां पुरुषा को वचन सुन के अपना जन्म सफल करिए। इन्हीं आदि प्रवान करने फट बुलाओ वाहिगुरु जी का खालसा वाहिगुरु। बड़े बड़े भगत सारी सारी जिंदगी जिन्होंने भगती की कमाई की ना वो भी संसार के बच्चे रह नहीं सके। सतगुरु जी कहते राणा राव ना पूर है रंग ना तुंग फकीर बारी आपो अपनी कोई ना बंदा तीर। ਜਿਵੇਂ ਜਿਵੇਂ ਕਿਸੇ ਦੀ ਵਾਰੀ ਆਉਂਦੀ ਜਾਂਦੀ ਹੈ ਤਿਵੇਂ ਤਿਵੇਂ ਇਹ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ। ਆਪ ਆਪਾਂ ਕਹਿ ਦਿੰਦੇ ਹਾਂ ਵੀ ਫਲਾਨਾ ਬੰਦਾ ਬਿਮਾਰ ਰਹਿੰਦਾ ਸੀ ਉਹ ਤਾਂ ਚੜ੍ਹਾਈ ਕਰ ਗਿਆ, ਕਿਸੇ ਦਾ ਐਕਸੀਡੈਂਟ ਹੋ ਗਿਆ ਉਹ ਤਾਂ ਚੜ੍ਹਾਈ ਕਰ ਗਿਆ। ਕਹਿੰਦੇ ਹਾਂ ਨਜ਼ਰ ਮਾਰ ਕੇ ਦੇਖਿਓ ਜਿਹੜੇ ਬੰਦੇ ਸਾਰੀ ਜ਼ਿੰਦਗੀ ਤੰਦਰੁਸਤ ਰਹੇ ਨੇ, ਡਾਕਟਰ ਤੋਂ ਲੈ ਕੇ ਗੋਲੀ ਵੀ ਨਹੀਂ ਖਾਧੀ ਉਹ ਬੜਾ ਰਹੇ ਨੇ ਇੱਥੇ, ਉਹ ਵੀ ਤਾਂ ਚਲੇ ਗਏ। ਮੌਤ ਲਿਆ ਕਰਦਾ ਰਿਹਾ ਉਹ ਨਾਲ ਨਹੀਂ ਜਾਣੀ, ਜਿਹੜੀ ਨਾਲ ਜਾਣੀ ਸੀ ਉਹਦੇ ਵਕਤ ਇਹਨੂੰ ਗਿਆਨ ਨਹੀਂ ਹੋਇਆ। ਜਿੰਨੇ ਅਸੀਂ ਤੁਸੀਂ ਬੈਠੇ ਹਾਂ ਤਕਰੀਬਨ ਸਾਰੇ ਇੱਕ ਗੱਲ ਕਹਿੰਦੇ ਹਾਂ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਬਹੁਤ ਗੱਲ ਇਹ ਵੀ ਕਹਿੰਦੇ ਨੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਮੰਨਦੇ ਨਹੀਂ ਕਿਸੇ। ਜੇ ਉਹਨਾਂ ਨੂੰ ਇਹ ਪੁੱਛ ਲਈਏ ਕਿ ਤੁਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਮੰਨਦੇ ਨਹੀਂ ਕਿਸੇ ਨੂੰ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਿੰਨੀ ਕੁ ਮੰਨਦੇ ਹੋ ਤੁਸੀਂ? ਫਿਰ ਰਿਜਲਟ ਜੀਰੋ ਵਾਲਾ ਸਤਨਾਮ। ਗੁਰੂ ਨੂੰ ਮੰਨਦੇ ਹਾਂ ਪਰ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ। ਗੁਰੂ ਦੀ ਗੱਲ ਕਿਵੇਂ ਮੰਨੇਗਾ ਜੇ ਤੈਨੂੰ ਸਮਝ ਪਵੇਗੀ ਵੀ ਸਤਿਗੁਰੂ ਜੀ ਕਹਿੰਦੇ ਕੀ ਨੇ? ਅਸੀਂ ਲੋਕਾਂ ਨੇ ਕੇਵਲ ਤੋਂ ਕੇਵਲ ਮੱਥੇ ਟੇਕਣ ਤੱਕ ਕਿਸੇ ਨੂੰ ਰਹਿ ਗਏ। ਭੋਗਾਂ 'ਤੇ ਜਾਂਦੇ ਹਾਂ, 10 ਰੁਪਈਏ ਇੱਧਰ ਰੱਖ ਲਏ, 10 ਰੁਪਈਏ ਉੱਧਰ ਰੱਖ ਲਏ, 10 ਮਿੰਟ ਬੈਠੇ ਚਲੇ ਗਏ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗਿਆਨ ਸੀ ਉਹ ਅਸੀਂ ਰੁਮਾਲਿਆਂ ਦੇ ਵਿੱਚ ਲਪੇਟ ਕੇ ਰੱਖ ਦਿੱਤਾ। ਆਪੋ ਸਤਨਾਮ ਰੁਮਾਲਿਆਂ ਦੇ ਹੱਥ ਲੱਗ ਜਾਣਾ ਸੀ, ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਇਹ ਸਤਿਗੁਰੂ ਦੀ ਮੱਤ ਧਾਰਨ ਦਾ ਵੇਲਾ ਹੈ। ਬੜੇ ਜਨਮ ਤਾਂ ਗਵਾਲੇ ਨੇ, ਹਜ਼ੂਰ ਕਹਿੰਦੇ ਕਈ ਜਨਮ ਭਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਤਰੰਗਾ, ਕਈ ਜਨਮ ਪੰਛੀ ਸਭ ਹੋਏ, ਕਈ ਜਨਮ ਐਵਰ ਬ੍ਰਿਖ ਜੋਇਓ। ਇੱਕ ਜਨਮ ਦੀ ਥੋੜ੍ਹੀ ਗੱਲ, ਪਤਾ ਨਹੀਂ ਕਿੰਨੇ ਕੁ ਜਨਮ ਨੂੰ ਭਟਕਦਾ ਰਿਹਾ। ਪਰਮੇਸ਼ਰ ਵਾਹਿਗੁਰੂ ਦੀ ਤੇਰੇ 'ਤੇ ਕਿਰਪਾ ਹੋਈ, ਨਜ਼ਰ ਹੋਈ, ਮਿਹਰ ਹੋਈ, ਫਿਰ ਇਹ ਜਾ ਕੇ ਮਨੁੱਖਾ ਜਨਮ ਮਿਲਿਆ। ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਦੇਖੋ ਸਾਰੀਆਂ ਜੋਨਾਂ ਤੋਂ ਉੱਤੇ ਦਾ ਜਨਮ ਹੈ ਮਨੁੱਖਾ ਜਨਮ। ਪ੍ਰਯਤਨ ਸਿਮਰ ਕੇ ਗੁਰੂ ਨਾਨਕ ਲੈਂਦੇ ਆਏ ਅੰਗਤ ਗੁਰਦੇਵ ਅਮਰਦਾਸ ਰਾਮਦਾਸ ਸਹਾਏ।
ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰ ਕਿਸ਼ਨ ਧਿਆਈ ਹੈ ਨਾਮ ਸਭ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਤਾਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸ਼ਾ ਪਾਤਸ਼ਾਹੀਆਂ ਦੀ ਜਾਗਦੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਪਾਠ ਦੀ ਦਾਨ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਗੁਰ ਨਾਨਕ ਜੀ ਗੁਰੂ ਸਾਹਿਬ ਦੇ ਪੰਜ ਪਿਆਰੇ ਚੌਵੇਂ ਸਾਹਿਬਜ਼ਾਦੇ ਚਾਲੀ ਮੁਕਤੀਆਂ ਹਰਦੀਆਂ ਜਪੀਆਂ ਸੇਵਾ ਕੀਤੀ ਉਹਨਾਂ ਦਾ ਫਰਜ਼ ਬਣਦਾ ਸੀ ਸਾਂਭ ਸੰਭਾਲ ਕਰਨਾ।